ਔਰਤਾਂ ਅਤੇ ਮਰਦਾਂ ਦੇ ਰੋਗਾਂ ਨੂੰ ਲੈ ਕੇ ਘਰਾਂ ਦੇ ਵਿੱਚ ਸਜਾਵਟ ਲਈ ਵਰਤੀ ਜਾਣ ਵਾਲੀ ਆਹ ਵੇਲ ਕਾਫੀ ਕਾਰਗਰ ਸਾਬਿਤ ਹੋਈ ਹੈ। ਜੀ ਹਾਂ, ਘਰਾਂ ਦੇ ਵਿੱਚ ਅਸੀਂ ਆਮ ਹੀ ਸਜਾਵਟ ਲਈ ਐਸਪੈਰਗਸ ਵੇਲ ਲਗਾਉਂਦੇ ਹਾਂ, ਪਰ ਇਹ ਕਈ ਬਿਮਾਰੀ ਲਈ ਵਰਦਾਨ ਤੋਂ ਘੱਟ ਨਹੀਂ ਹੈ। ਹਾਲਾਂਕਿ ਲੋਕ ਇਸ ਨੂੰ ਖੂਬਸੂਰਤੀ ਲਈ ਆਪਣੀ ਘਰਾਂ ਦੇ ਵਿੱਚ ਲਗਾਉਂਦੇ ਨੇ, ਪਰ ਆਯੁਰਵੇਦ ਦੇ ਵਿੱਚ ਇਸ ਦੀ ਵਰਤੋਂ ਕਈ ਗੰਭੀਰ ਬਿਮਾਰੀਆਂ ਲਈ ਵੀ ਕੀਤੀ ਜਾਂਦੀ ਹੈ। ਇਹ ਜੜੀ ਬੂਟੀ ਬਲੱਡ ਪ੍ਰੈਸ਼ਰ ਤੋਂ ਲੈ ਕੇ ਔਰਤਾਂ ਤੱਕ ਅਤੇ ਮਰਦਾਂ ਦੀਆਂ ਸਮੱਸਿਆਵਾਂ ਦੇ ਵਿੱਚ ਬਿਹਤਰ ਕੰਮ ਕਰਦੀ ਹੈ। ਇੱਕ ਡਾਕਟਰ ਦੇ ਮੁਤਾਬਿਕ, ਡਾਕਟਰ ਕਵਿਤਾ ਮਹੇਸ਼ਵਰੀ ਨੇ ਦੱਸਿਆ ਕਿ ਐਸਪੈਰਗਸ ਇੱਕ ਵੱਡੀ ਵੇਲ ਦੇ ਰੂਪ ਦੇ ਵਿੱਚ ਪਾਇਆ ਜਾਂਦਾ ਹੈ, ਜਿਸ ਦੀ ਵਰਤੋਂ ਲੋਕ ਆਪਣੇ ਘਰਾਂ ਨੂੰ ਸਜਾਉਣ ਲਈ ਕਰਦੇ ਨੇ, ਪਰ ਆਯੁਰਵੇਦ ਵਿੱਚ ਇਸ ਜੜੀ ਬੂਟੀ ਦੇ ਰੂਪ ਦੇ ਵਿੱਚ ਇਸ ਵੇਲ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਸਤਵਾਰੀ ਇੱਕ ਅਜਿਹੀ ਦਵਾਈ ਹੈ, ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕੰਟਰੋਲ ਦੇ ਵਿੱਚ ਰਹਿੰਦੀ ਹੈ। ਇਹ ਜੜੀ ਬੂਟੀ ਮਹਾਂਮਾਰੀ ਦੌਰਾਨ ਔਰਤਾਂ ਨੂੰ ਰਾਹਤ ਦਿੰਦੀ ਹੈ, ਮਰਦਾਂ ਦੇ ਵਿੱਚ ਸਟੈਮਿਨਾ ਵਧਾਉਂਦੀ ਹੈ। ਇੰਨਾ ਹੀ ਨਹੀਂ, ਕਈ ਬਿਮਾਰੀ ਦੇ ਵਿੱਚ ਔਰਤਾਂ ਲਈ ਵਰਦਾਨ ਤੋਂ ਘੱਟ ਵੀ ਨਹੀਂ। ਮੈਡੀਕਲ ਆਯੁਰਵੇਦਿਕ ਡਾਕਟਰ ਕਵਿਤਾ ਮਹੇਸ਼ਵਰੀ ਨੇ ਦੱਸਿਆ ਕਿ ਸਤਵਾਰੀ ਵੇਲ ਦੇ ਰੂਪ ਦੇ ਵਿੱਚ ਮਿਲਦੀ ਹੈ, ਪਰ ਸਤਵਰੀ ਪਾਊਡਰ ਆਯੁਰਵੇਦਿਕ ਦੁਕਾਨਾਂ 'ਤੇ ਵੀ ਮਿਲਦਾ। ਇਸ ਦੀਆਂ ਜੜ੍ਹਾਂ ਕਰਿਆਨੇ ਦੀਆਂ ਦੁਕਾਨਾਂ ਦੇ ਵਿੱਚ ਵੀ ਵਿਕਦੀਆਂ ਨੇ। ਆਯੁਰਵੇਦਿਕ ਡਾਕਟਰ ਦੀ ਸਲਾਹ ਅਨੁਸਾਰ ਜੇਕਰ ਇਸਦਾ ਸੇਵਨ ਕਰ ਲਿਆ ਜਾਵੇ ਤਾਂ ਇਸਦੇ ਨਾਲ ਕਾਫੀ ਫਾਇਦੇ ਹੁੰਦੇ ਨੇ। ਡਾਕਟਰ ਨੇ ਦੱਸਿਆ ਕਿ ਐਸਪੈਰਗਸ ਪਾਊਡਰ ਬਣਾ ਕੇ ਦੁੱਧ ਦੇ ਨਾਲ ਸੇਵਨ ਕਰਨ ਦੇ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਇਸ ਦੀਆਂ ਜੜ੍ਹਾਂ ਦਾ ਰਸ ਕੱਢ ਕੇ ਇਸਦਾ ਕਾੜਾ ਬਣਾ ਕੇ ਪੀਣ ਨਾਲ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਜਿਸ ਦੇ ਵਿੱਚ ਜਿਵੇਂ ਔਰਤਾਂ ਨੂੰ ਹਰ ਮਹੀਨੇ ਸਮੱਸਿਆ ਹੁੰਦੀ ਆ ਮਹਾਂਮਾਰੀ ਦੀ, ਉਸ ਦੌਰਾਨ ਵੀ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਇਹ ਜਿਹੜੀ ਬੇਲ ਹੈ ਜੜੀ ਬੂਟੀ ਦੇ ਰੂਪ ਦੇ ਵਿੱਚ ਵਰਤਦੇ ਹਾਂ ਤਾਂ ਇਸ ਦੇ ਨਾਲ ਕਾਫੀ ਉਹਨਾਂ ਨੂੰ ਰਾਹਤ ਮਿਲਦੀ ਹੈ। ਬਲੱਡ ਪ੍ਰੈਸ਼ਰ ਹਰ ਇੱਕ ਦਾ ਵਾਧਾ ਘਟਦਾ ਰਹਿੰਦਾ, ਇਸ ਨੂੰ ਲੈ ਕੇ ਵੀ ਜਿਹੜੀ ਇਹ ਬੇਲ ਆ ਉਹ ਕਾਰਗਰ ਸਾਬਿਤ ਹੋਈ ਹੈ। ਇਸ ਤੋਂ ਇਲਾਵਾ ਜੇਕਰ ਪੁਰਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸਟੈਮਿਨਰ ਨੂੰ ਵਧਾਉਣ ਦੇ ਵਾਸਤੇ ਵੀ ਇਹ ਬੇਲ ਉਹਨਾਂ ਦੇ ਲਈ ਲਾਹੇਵੰਦ ਹੈ। ਇਸਦਾ ਪਾਊਡਰ ਵੀ ਜਿਹੜਾ ਕਿ ਮਿਲਦਾ ਹੈ, ਇਸਦਾ ਪਾਊਡਰ ਬਣਾ ਕੇ ਜੇਕਰ ਇਸਦਾ ਦੁੱਧ ਦੇ ਨਾਲ ਸੇਵਨ ਕੀਤਾ ਜਾਵੇ ਤਾਂ ਇਸਦੇ ਨਾਲ ਬਹੁਤ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਜੇਕਰ ਅਸੀਂ ਇਸਦੀਆਂ ਜੜ੍ਹਾਂ ਦਾ ਰਸ ਕੱਢ ਕੇ ਇਸਦਾ ਕਾੜਾ ਬਣਾ ਕੇ ਪੀ ਲੈਂਦੇ ਹਾਂ ਤਾਂ ਇਸ ਨਾਲ ਵੀ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਇਸ ਖਬਰ ਦੇ ਵਿੱਚ ਦਿੱਤੀ ਗਈ ਦਵਾਈ ਅਤੇ ਸਿਹਤ ਲਾਭ ਨੁਸਖੇ ਦੀ ਸਲਾਹ ਸਾਡੇ ਮਾਹਿਰਾਂ ਨਾਲ ਚਰਚਾ ਦੇ ਆਧਾਰ 'ਤੇ ਹੈ। ਇਹ ਆਮ ਜਾਣਕਾਰੀ ਹੈ, ਨਾ ਕਿ ਨਿੱਜੀ ਸਲਾਹ। ਹਰ ਇੱਕ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਨੇ, ਇਸ ਲਈ ਕਿਸੇ ਵੀ ਚੀਜ਼ ਦੀ ਵਰਤੋਂ ਤੁਸੀਂ ਆਪਣੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕਰੋ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ।